ਵਿਰਾਸਤੀ ਇਮਾਰਤ ਦੀ ਸਾਮ ਸੰਭਾਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਪਿਛਲੇ ਕੁਝ ਸਮੇਂ ਤੋਂ ਖੜੇ ਹੁੰਦੇ ਰਹੇ ਨੇ ਤਾਂ ਅਗਰ ਬੀਤੀ ਸਰਕਾਰਾਂ ਦੀ ਵੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਇੱਕ ਰੋਪ ਲਗਾਏ ਜਾਂਦੇ ਸੀ ਕਿ ਇੱਕ ਅਸੀਂ ਦੁਨੀਆ ਦੇ ਵਿੱਚ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਹੈਰੀਟੇਜ ਸਟਰੀਟ ਤਿਆਰ ਕੀਤੀ ਲੇਕਿਨ ਉਹਦਾ ਰੱਖ-ਰਖਾਵ ਨਹੀਂ ਹੋ ਪਾਇਆ ਤਾਂ ਹੁਣ ਸੰਸਦ ਗੁਰਜੀਤ ਸਿੰਘ ਓਟਲਾ ਹਣਾ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨਕ੍ਰੋਚਮੈਂਟ ਕਰਾਈ ਜਾ ਰਹੀ ਹੈ ਤੇ ਸਾਡੇ ਨਾਲ ਸਾਂਸਦ ਗੁਰਜੀਤ ਸਿੰਘ ਆਦਲਾ ਨੇ ਤਾਂ ਚਿੱਠੀ ਵੀ ਇੱਕ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਅੱਜ ਲਿਖੀ ਹੈ। ਸ਼ਿਵ ਸਾਂਝੀ ਕਰ ਰਹੇ ਹਾਂ। ਕੀ ਲੋੜ ਪਈ ਕਿ ਇਸ ਤਰੀਕੇ ਨਾਲ ਚਿੱਠੀ ਲਿਖੰਦੀ ਔਰ ਜਿਹੜੀ ਇਨਕ੍ਰੋਚਮੈਂਟ ਹੈ ਇਹ ਇੱਕ ਬਹੁਤ ਸਿਟੀ ਲੈਵਲ ਦਾ ਸਬਜੈਕਟ ਹੈ ਪਰ ਤੁਸੀਂ ਸੀਐਮ ਸਾਹਿਬ ਨੂੰ ਅਜੀ ਗੁਫਾਰ ਲਗਾਈ। ਜਦੋਂ ਦਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ ਕਿ ਕੋਡ ਆਫ ਕੰਡਕਟ ਲੱਗਾ ਤੇ ਉਦੋਂ ਤੋਂ ਹੀ ਇਹ ਥੋੜੀ ਇਨਕ੍ਰੋਚਮੈਂਟ ਹੌਲੀ-ਹੌਲੀ ਵਧਣੀ ਸ਼ੁਰੂ ਹੋਈ ਹੈ। ਔਰ ਲਗਾਤਾਰ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ باوجود ਵੀ ਇਹ ਜਿਹੜੀ ਇਨਕ੍ਰੋਚਮੈਂਟ ਹੈ ਵਧੀ ਹੈ ਘਟੀ ਨਹੀਂ ਇਹਦੇ ਵਿੱਚ ਰੇੜੀਆਂ ਛੋਟੇ ਛੋਟੀਆਂ ਲੱਗੀਆਂ ਨੇ ਨਾਲ ਜਿਹੜੇ ਫੁੱਟਪਾਥ ਤੇ ਵੇਚਦੇ ਨੇ ਉਹ ਬੈਠ ਗਏ ਨੇ ਮਤਲਬ ਕਈ ਤਰ੍ਹਾਂ ਦੀ ਛੋਟੇ ਇਰਖਾੜੇ ਅੰਦਰ ਬਿਲਕੁਲ ਐਂਡ ਤੱਕ ਜਾਣ ਲੱਗ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਹੈਰੀਟੇਜ ਸਟਰੀਟ ਬਣੀ ਆ ਇਹ ਸਾਡਾ ਇੱਕ ਚਿਹਰਾ ਹੈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੇ ਸਟੂਡੈਂਟ ਜਿਹੜੇ ਯਾਤਰੀ ਉਹ ਇੱਥੇ ਆਉਂਦੇ ਨੇ ਉਦੇ ਨਾਲ ਦੀ ਨਾਲ ਸਨੇਚਿੰਗ ਬਹੁਤ ਜਿਆਦੀ ਹੈ ਬਹੁਤ ਬਹੁਤ ਵਾਰ ਕਿਹਾ ਪ੍ਰਸ਼ਾਸਨ ਨੂੰ ਪਰ ਉਥੇ ਇਹ ਚੀਜ਼ ਇਹਨਾਂ ਤੋਂ ਕੰਟਰੋਲ ਨਹੀਂ ਹੁੰਦੀ ਕੋਈ ਇਹੋ ਜਿਹੀ ਕੰਮ ਤੇ ਹੈ ਨਹੀਂ ਵੀ ਜਿਹੜਾ ਕੰਟਰੋਲ ਨਹੀਂ ਹੋ ਸਕਦਾ ਸੋ ਇੱਕਦਮ ਹੀ ਬਹੁਤ ਜਿਆਦੀ ਰੇੜੀ ਜਿਹੜੀ ਆ ਉਹਦੇ ਜਿੰਨੇ ਵੀ ਰਸਤੇ ਆਉਂਦੇ ਨੇ ਜਿਹੜੇ ਹੈਰੀਟੇਜ ਸਟਰੀਟ ਦੇ ਨਾਲ ਲੱਗਦੇ ਨੇ ਉਹ ਸਾਰੀ ਅੰਦਰ ਬਾਜ ਇੱਥੇ ਕਿ ਲੱਗ ਨਹੀਂ ਸਕਦਾ ਕਾਨੂੰਨੀ ਤੌਰ ਤੇ ਉਹਦਾ ਇੱਕ ਇਹਨਾਂ ਨੇ ਇੱਕ ਬਿਲ ਬਲ ਕਾਨੂੰਨ ਲੈ ਕੇ ਆਏ ਵੀ ਇੱਥੇ ਕੋਈ ਬੰਦਾ ਆਪਣੀ ਮਰਜ਼ੀ ਨਾਲ ਇਨਕ੍ਰੋਚਮੈਂਟ ਨਹੀਂ ਕਰ ਸਕਦਾ ਇਹ ਮਰਜੀ ਦੇ ਇੱਕ ਇੱਕੀ ਯੂਨੀਫਾਰਮ ਦੇ ਵਿੱਚ ਸਾਰੇ ਤੁਹਾਨੂੰ ਪਤਾ ਨਾਂ ਲਿਖੇ ਆ ਹਰ ਚੀਜ਼ ਸਰਕਾਰ ਨੇ ਪੈਸੇ ਲਾ ਕੇ ਬਣਾਈ ਆ ਬਹੁਤ ਵਧੀਆ ਚੀਜ਼ ਬਣੀ ਸੀ ਪਰ ਉਹਦਾ ਰੱਖ-ਰਖਾਅ ਦੇ ਵਿੱਚ ਬੜਾ ਵੱਡਾ ਇੱਕ ਫਰਕ ਪਿਆ ਵਾ ਔਰ ਪਾਰਕਿੰਗ ਜਿਹੜੀ ਉਹਦੀ ਲਿਫਟ ਨਹੀਂ ਚੱਲਦੀ ਪਾਰਕਿੰਗ ਦੇ ਜਿਹੜੇ ਰਸਤੇ ਉਹ ਬੰਦ ਨੇ ਇਹ ਜਿਹੇ ਚੀਜ਼ਾਂ ਜਿਹੜੀਆਂ ਸੀ ਉਹ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਪਹਿਲਾਂ ਵੀ ਲੈਂਦੀਆਂ ਨੇ ਔਰ ਬਾਰ-ਬਾਰ ਕਹਿੰਦੇ باوجود ਲੋਕ ਪਰੇਸ਼ਾਨ ਨੇ ਸੋ ਇਸ ਕਰਕੇ ਉਹਨਾਂ ਦੇ ਧਿਆਨ 'ਚ ਲੈਂਦੀ ਆ ਵੀ ਇਹਨੂੰ ਧਿਆਨ ਦਿਓ ਕਿਉਂਕਿ ਹਰਮੰਦਰ ਸਾਹਿਬ ਸਾਡੇ ਤੁਸੀਂ ਕਹਿ ਲੋਗੇ ਕਿ ਸਾਰੇ ਵਰਲਡ ਦੇ ਲੋਕਾਂ ਦੀ ਇੱਕ ਆਸਥਾ ਹੈ ਕਿ ਉੱਥੇ ਪਹੁੰਚਦੇ ਨੇ ਔਰ ਸਾਡੀ ਇੱਕ ਇੱਜ਼ਤ ਵੀ ਮਾਨਵੀ ਵਾਲੀ ਵੀ ਗੱਲ ਹੀ ਹੈ ਕਿ ਲੋਕ ਉੱਥੇ ਚੰਗਾ ਵੇਖਣ ਚੰਗਾ ਦੇਖਣ ਪਰ ਉਹ ਦੇਖ ਬਹੁਤ ਪੈੜੀ ਹੋ ਰਹੀ ਹੈ ਜਿਲ੍ਹੇ ਵਾਲਾ ਬਾਗ ਉੱਥੇ ਲੋਕ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿੱਦੀ ਆਉਂਦੇ ਨੇ ਪਰ ਸਰ ਤੁਸੀਂ ਗੱਲ ਕੀਤੀ ਹੈ ਮਾੜੀ ਦਿਖਣ ਨਜ਼ਰਾਂ ਦੀ ਹੈ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਸ਼ਿਕਾਇਤਾਂ ਵੀ ਸਾਨੂੰ ਲੋਕਲ ਪੱਧਰ ਤੇ ਜਦੋਂ ਅਸੀਂ ਜਾਣੇ ਤਾਂ ਲੋਕ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਕਿ ਸਾਡੇ ਕੋਲ ਲੰਘਿਆ ਨਹੀਂ ਜਾਂਦਾ ਰਾਤ ਨੂੰ ਬਹੁਤ ਸਾਰੇ ਲੋਕ ਇੱਥੇ ਆਪਣੀ ਦੁਕਾਨਾਂ ਚਲਾਉਂਦੇ ਨੇ ਤਾਂ ਕਾਰਨ ਕਿ ਕਾਂਗਰਸ ਦੀ ਸਰਕਾਰ ਰਹੀ ਉਹ ਵੀ ਨਹੀਂ ਕਰ ਨੀ ਕਾਂਗਰਸ ਦੀ ਸਰਕਾਰ ਚ ਇੰਨੀ ਜਿਆਦੀ ਕੋਰਪਮੈਂਟ ਨਹੀਂ ਸੀ ਹੋਊਗੀ ਮੈਂ ਉਦੋਂ ਵੀ ਜਾਣੇ ਹਾਂ ਭਰਕੇ ਦੇ ਕਿਤੇ ਕੋ ਟਮਟਮਾ ਸੀ ਹੁਣ ਤੇ ਲੈਣਾ ਲੱਗ ਗਿਆ ਤੁਸੀਂ ਇਹ ਵੀਡੀਓ ਦੇਖ ਲਿਓ ਬਿਲਕੁਲ ਫੋਟੋ ਬਾਤ ਭਰਤੇ ਨੇ ਲੋਕਾਂ ਚਲਨ ਜੋਗੀ ਨਹੀਂ ਬਿਲਕੁਲ ਨਹੀਂ ਦੇਖੋ ਦੇਖੋ ਯਾਰ ਚੀਜ਼ ਦੀ ਇੱਕ ਦੇਖ ਹੁੰਦੀ ਹੈ ਹਰ ਚੀਜ਼ ਦੇ ਇੱਕ ਜਗ੍ਹਾ ਹੈ ਇੱਕ ਜਿਹੜਾ ਜਿਹੜੀ ਹੈ ਨਾ ਇਹ ਜਿਵੇਂ ਜਿਵੇਂ ਇਹ ਕੀ ਹੈ ਕਿ ਕਿਸੇ ਇੱਕ ਦੀ ਰੇੜੀ ਕੋ ਮਜ਼ਦੂਰ ਨਹੀਂ ਲੈ ਕੇ ਰੇੜੀ ਬੁਲਾ ਸਕਦਾ ਇਹ ਕੱਟ ਲੈ ਕਮਾਫੀਆ ਹੈ ਜਿਹੜਾ 50 ਰੇੜੀਆਂ ਪਾਲੀਆਂ 100 ਪਾਲੀਆਂ ਅੱਗੇ 300 ਦਿਹਾੜੀ ਦੇ ਦੇ 300 ਦਿਹਾੜੀ ਦੇ ਦੇਤੀ ਉਹਨਾਂ ਦਾ ਸਿਸਟਮ ਹੈ ਉਹ ਲਾਉਂਦੇ ਉਹ ਲਵਾਉਂਦੇ ਆ ਨੀ ਦੇ ਇੱਕ ਮਜ਼ਦੂਰ ਦੀ ਕੀ ਜ਼ਰੂਰਤ ਹੈ ਵਿਚਾਰਾ ਰੇੜੀ ਦੇ ਫਰ ਲਾ ਕੇ ਕਿਤੇ ਵੇਚ ਲੇ ਇਹ ਤੇ ਜਿਹੜੀ ਵੀ ਰੇੜੀਆਂ ਲੱਗਦੀਆਂ ਨੇ ਉਹ ਕਿਸੇ ਉਹਦੇ ਮਗਰ ਕੁਝ ਬੰਦੇ ਨੇ ਜਿਵੇਂ ਈ ਰਿਕਸ਼ਾ ਆ ਤੁਸੀਂ ਈ ਰਿਕਸ਼ਾ ਕੇ ਮਜ਼ਦੂਰ ਦਾ ਥੋੜਾ ਨੇ ਥੋੜਾ 20000 ਦਾ ਲਿਆ ਉਹਦੇ 100 ਰੁਪਏ 200 ਰੁਪਏ ਦਿਹਾੜੀ ਦੇ ਦੇਣ ਦੇ ਨੇ ਉਹਨਾਂ 100 ਤੋਂ ਰਿਕਸ਼ਾ ਪਾਇਆ ਉਹ ਚਲਾਉਂਦੇ ਨੇ ਕਾਰਨ ਕੀ ਹੈ ਕਿ ਕਿਆ ਜਾਂਦਾ ਕਿ ਕੋਈ ਵੀ ਚੀਜ਼ ਹੁੰਦੀ ਤਾਂ 100 ਤੋਂ ਵੱਧ ਰੇੜੀ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਪਿੱਛੇ ਕੋਈ ਰਾਜਨੀਤਿਕ ਆਪਣਾ ਅਫਸਰਾਂ ਦਾ ਵੀ ਇਹ ਤੇ ਰਾਜਨੀਤਿਕ ਦੋਵੇਂ ਹੀ ਨੇ ਇਹਦੇ 'ਚ ਰਾਜਨੀਤਿਕ ਹੈਗੇ ਕੁਦਰਤੀ ਗੱਲ ਹੈ ਕਿ ਕੋਈ ਨਹੀਂ ਨਹੀਂ ਹੋਏਗਾ ਤੇ ਮੇਰੇ ਕੋਲ ਹੱਥ ਜਾਣਗੀਆਂ ਜੋ ਫਿਰ ਰਹਿ ਗਈਆਂ ਤੇ ਫਿਰ ਸਮਝ ਲੋਗੇ ਵੀ ਕੋਈ ਨੇ ਦਬਾਅ ਚ ਰਖਾਈਆਂ ਹੋਣਗੀਆਂ ਹੁਣ 100 ਰੇੜੀ 100 ਰੇੜੀ ਕਿਸੇ ਮਜ਼ਦੂਰ ਦੇ ਤੇ ਬਸ ਦੀ ਗੱਲ ਨਹੀਂ ਪਾਉਣੀ ਜਾਂ 50 ਰੇੜੀਆਂ ਜਾਂ 20 ਰੇੜੀਆਂ ਇੱਕ ਰੇੜੀ ਤੇ 35-40000 ਰੁਪਏ ਲੱਗਦਾ ਕੋਈ ਮਜ਼ਦੂਰ ਤੇ ਨਹੀਂ ਪਾ ਸਕਦਾ ਉਹ ਤੇ ਵਿਚਾਰਾ ਕਿੱਥੋਂ ਦਿਹਾੜੀ ਲਾ ਕੇ ਫਿਰ ਉਹ ਜਗ੍ਹਾ ਤੇ ਨਹੀਂ ਲਾ ਸਕਦਾ ਜਿੱਥੇ ਮਣਾਈ ਆ ਜੇ 100 ਤੋਂ ਰੇੜੀ ਇੱਕੇ ਤਰ੍ਹਾਂ ਦੀ ਲੱਗ ਰਹੀ ਉੱਥੇ ਆਫਟਰ ਆਲ ਕੋਈ ਨਾ ਕੋਈ ਇਹ ਇਹ ਇਹਦੇ ਕੋਈ ਬਿਜ਼ਨਸ ਬੰਦਾ ਜੀ ਕੇਰੀ ਪਾਰਟੀ ਦਾ ਬੰਦਾ ਪਤਾ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕੁਝ ਐਵੇਂ ਗਲਤ ਕਿਸੇ ਤੇ ਬਲੇਮ ਕਰਨਾ ਗਲਤ ਹੈ ਹੈ ਸਰਚ ਤੇ ਜਲਦੀ ਸਰਚ ਦੇਖੋ ਜਦੋਂ ਇਹ ਲੱਭਣਗੇ ਸਾਰਾ ਕੋਈ ਲੱਭ ਜਾਣਾ ਪਰ ਤੁਹਾਡਾ ਸਵਾਲ ਆਜਮਾ ਕੀਤਾ ਸੀ ਹਰਜੋਤ ਸਿੰਘ ਬੈਂਸ ਆਏ ਸੀ ਬ੍ਰਿਟਨ ਮੰਤਰੀ ਨੇ ਉਹਨਾਂ ਨੂੰ ਮੈਂ ਜਦੋਂ ਕਿਉਂਕਿ ਤੁਹਾਡਾ ਟਵਿੱਟਰ ਟਵੀਟ ਆਇਆ ਸੀ ਜਾਂ ਜਦੋਂ ਤੁਸੀਂ ਚਿੱਠੀ ਲਿਖੀ ਸੀ ਉਹ ਕਹਿੰਦੇ ਜੀ ਅੱਛਾ ਜੀ ਇਦਾਂ ਦੇ ਕਹਿੰਦੇ ਮੈਨੂੰ ਸ਼ਿਕਾਇਤ ਜਰੂਰ ਐਮਪੀ ਸਾਹਿਬ ਦੀ ਹੈ ਤੇ ਅਸੀਂ ਵਾਚ ਕਰਾਂਗੇ ਬਿਲਕੁਲ ਉਹ ਤੇ ਦੇਖੋ ਇਹ ਕੋਈ ਬਹੁਤ ਵੱਡਾ ਆ ਕੋਈ ਮਤਲਬ ਕੋਈ ਉਲਝਣ ਵਾਲਾ ਕੇਸ ਨਹੀਂਗਾ ਇਹ 50 ਹਜ਼ਾਰ ਬੰਦਿਆਂ ਨਾਲ ਜੁੜਿਆ ਕੇਸ ਹੈ ਕਿਉਂਕਿ ਰੋਜ਼ 50 ਹਜ਼ਾਰ 60 ਹਜ਼ਾਰ ਦੀ ਫੁੱਟਬਾਲ ਹੈ ਉਲਝਣ ਵਾਲਾ ਵੀ ਇਹ ਲੱਭਣਾ ਨਹੀਂਗਾ ਇਹਦੇ ਸਾਹਮਣੇ ਲੱਭੀਆਂ ਨੇ ਤੁਸੀਂ ਜਿਹੜਾ ਵੀ ਕਾਰਪੋਰੇਸ਼ਨ ਨੂੰ ਬੁਲਾ ਲਓ ਤੁਸੀਂ ਉਹਨਾਂ ਨੂੰ ਬੁਲਾ ਲਓ ਜਿਹੜੀ ਸਿਕਿਉਰਿਟੀ ਹੈ ਉਹਨਾਂ ਨੂੰ ਬੁਲਾ ਲਓ ਦੋਹਾਂ ਪੁੱਛ ਲਓ ਵੀ ਕਿਉਂ ਲਾਉਂਦੇ ਜੀ ਦੋ ਹੀ ਦੋ ਹੀ ਮਹਿਕਮੇ ਨੇ ਕਾਰਪੋਰੇਸ਼ਨ ਹੈ ਇੱਕ ਈ ਗਲੈਰੀ ਦੀ ਜਿਹੜੀ ਉਹ ਹੈ ਰਿਟੇਲ ਸਟਰੀਟ ਦੀ ਸਿਕਿਉਰਿਟੀ ਹੈ ਇੱਕ ਉਹਨਾਂ ਨੂੰ ਪਤਾ ਕਿਉਂ ਲੱਗਦੀਆਂ ਨੇ ਦੋਵੇਂ 10 ਦਿਨ ਵੀ ਕਿੰਨੇ ਲਵਾਈਆਂ ਨੇ ਫਿਰ ਮੈਂ ਤੁਹਾਨੂੰ ਫੇਰ ਹੀ ਕਹਾਂ ਵੀ ਇਹ ਕਿਸੇ 2-4 ਬੰਦਿਆਂ ਨੇ ਕਿਸੇ 20-25-25 ਰੇੜੀਆਂ ਕੱਟੀਆਂ ਪਈਆਂ ਨੇ ਜਿਹੜਾ ਬੰਦਾ ਕਿਸੇ ਨਾਲ ਜੋੜ ਕੇ ਦੇਖ ਨਹੀਂਦਾ ਨਾ ਕਿ ਇਹ ਕਿਸ ਮਜ਼ਦੂਰ ਦੀ ਕੰਮ ਐ ਜੀ ਦੂਜੇ ਦਾ ਕੰਮ ਐ ਇੰਡੀਵਿਜੂਅਲ ਕਿਸੇ ਦੀ ਰੇੜੀ ਨਹੀਂ ਹੈਗੀ ਉਹ ਕੀ ਹਵਾਲਾ ਦਿੱਤਾਗਾ ਤੁਹਾਡੇ ਮੈਂ ਇਹਨਾਂ ਨੂੰ ਇਹੀ ਕਿਹਾ ਲਾਅ ਐਂਡ ਆਰਡਰ ਤੇ ਇਹ ਹੈਰਿਟੇਜ ਸਟਰੀਟ ਨੂੰ ਬਿਲਕੁਲ ਸਾਫ਼ ਕਰਾਓ ਦੂਜਾ ਇਹਦਾ ਗੰਧ ਬਹੁਤ ਗੰਦੀ ਬਹੁਤ ਹੋ ਗਈ ਉਹਦਾ ਨਾ ਰੰਗ ਚੇਂਜ ਹੋ ਗਿਆ ਹੁਣ ਪੱਥਰ ਦੀ ਰਗੜਾਈ ਹੋਣ ਦੀ ਐ ਇਹਨਾਂ ਕੋਲ ਪੈਸੇ ਨੇ ਨਾ ਨਾ ਐਡਮਿਨਿਸਟ੍ਰੇਸ਼ਨ ਪੈਸੇ ਲਾਉਂਦਾ ਇਹਨਾਂ ਕੋਈ ਕਸੈ ਜਿੰਨੇ ਵੀ ਟੂਰਿਸਟ ਪਲੇਸ ਬਣੇ ਨੇ ਉਹਨਾਂ ਨੂੰ ਸਾਂਭਣ ਸੰਭਾਲਾ ਤੇ ਆਟੋਮੈਟਿਕ ਪੈਸੇ ਜਿਹੜੇ ਆ ਉਹ ਡੀਸੀ ਦੇ ਅੰਦਰ ਜਿਹੜੇ ਚੜੇ ਜਾਂਦੇ ਨੇ ਔਰ ਉਹ ਅਗੋਂ ਉਹਨਾਂ ਨੂੰ ਸਾਂਭ ਸੰਭਾਲ ਕਰਨੀ ਹੁੰਦੀ ਹੈ ਉਹ ਉਹ ਕਿਉਂ ਨਹੀਂ ਕਰ ਰਹੇ ਕੀ ਵਜ੍ਹਾ ਆ ਉਹ ਇੱਕ ਕਰ ਰਹੇ ਨੇ ਦੂਜਾ ਐਮਪੀ ਲੈਡ ਤੋਂ ਮੈਨੂੰ ਉਹਨਾਂ ਕਿਹਾ ਕਿ ਜੇ ਤੁਹਾਨੂੰ ਫਰਜ ਕਰੋਗੇ ਈ ਰਿਕਸ਼ਾ ਦੀ ਜਗ੍ਹਾ ਤੁਸੀਂ ਚਲਾਉਣੀਆਂ ਨੇ ਕਾਰਟ ਜਿਹੜੀਆਂ ਨੇ ਕੋਈ ਗੋਲਫ ਕਾਰਟ ਲੈਣੀਆਂ ਨੇ ਅਸੀਂ ਉਹ ਵੀ ਲੈ ਕੇ ਦੇ ਸਕਦੇ ਹਾਂ ਇਦੋਂ ਦੋ ਚਾਰ ਹਾਂ ਆਪਣੇ ਐਮਪੀ ਲਾਈਟ ਤੋਂ ਦਿਨ ਨੂੰ ਤਿਆਰ ਲਿਖਿਆ ਸੀ ਮੈਂ ਉਹਦੇ ਚ ਲੈਟਰ ਚ ਵੀ ਜੇ ਲੋਡ ਹੈ ਤੁਹਾਨੂੰ ਕਿ ਥੋੜਾ ਜਿਹਾ ਮੈਂ ਕੋਈ ਬਹੁਤ ਵੱਡਾ ਨਹੀਂ ਕੋਈ ਐਮਪੀ ਲਾਈਟ ਛੋਟਾ ਫੰਡ ਹੁੰਦਾ ਹੈ ਬਹੁਤ ਵੱਡਾ ਫੰਡ ਨਹੀਂ ਹੁੰਦਾ ਵੀ ਲੋਡ ਹੈ ਤਾਂ ਉਹ ਵੀ ਅਸੀਂ ਲੈ ਕੇ ਦੇ ਸਕਦੇ ਸੋ ਮੇਰਾ ਮਕਸਦ ਹੈ ਗਰੂ ਨਗਰੀਆ ਦੇਖਿਆ ਹੈ ਲੋਕਾਂ ਦੀ ਆਸਥਾਨਾ ਲੋਕ ਆਉਂਦੇ ਨੇ ਤੇ ਔਰ ਇਹਦੇ ਵਿੱਚ ਸਾਨੂੰ ਇਹਦਾ ਚੀਜ਼ਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਇਸ ਨੂੰ ਪੂਰੇ ਇਲਾਕੇ ਨੂੰ ਇਸ ਤਰ੍ਹਾਂ ਸਲੂਲੈਂਸ ਹੋਣੀ ਚਾਹੀਦੀ ਪੂਰੇ ਇਲਾਕੇ ਦੀ ਦੇਖੋ ਜਿੰਨਾ ਲੋਕਾਂ ਨੂੰ ਅਸੀਂ ਸੁੱਖ ਸਹੂਲਤ ਦੇ ਦਾਂਗੇ ਕਿਸੇ ਦਾ ਪਰਸ ਨਾ ਖੋਇਆ ਜਾਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੇ ਕੋਈ ਖੁੱਸ ਗਿਆ ਤੇ ਲੋਕਾਂ ਨੂੰ ਉਹ ਇੱਕ ਜਗ੍ਹਾ ਹੋਵੇ ਵੀ ਉੱਥੇ ਉਹਨੂੰ ਮਿਲ ਜੇ ਜੇ ਕਿਤੇ ਬਾਈ ਦਾ ਕਿਤੇ ਡਿੱਗ ਗਿਆ ਉਹ ਵਸੇ ਕਾਫੀ ਪਿਛਲੇ ਸਮੇਂ ਬਹੁਤ ਜ਼ਿਆਦੀਆਂ ਥੋੜੀਆਂ ਨਹੀਂ ਲੋਕ ਦਰਜ ਨਹੀਂ ਕਰਾਉਂਦੇ ਡਰਦੇ ਸ਼ਿਕਾਇਤ ਆਪਣੀ ਕਿਉਂਕਿ ਉਹਨਾਂ ਨੂੰ ਫਿਰ ਵਾਪਸ ਬਾਰ-ਬਾਰ ਆਉਣਾ ਪਊਗਾ ਪਛਾਣੋ ਜੀ ਗਵਾਹੀ ਦੀ ਆਉਣਾ ਪਊਗਾ ਤੇ ਦੂਜਾ ਤੁਹਾਨੂੰ ਬਤਾਈ ਸਿਸਟਮ ਵੀ ਇਹੋ ਜਿਹਾ ਵੀ ਉਹ ਵੀ ਸੋਚਦੇ ਵੀ ਨਾ ਹੀ ਦਰਜ ਹੋਵੇ ਕਿਉਂਕਿ ਦਰਜ ਹੋ ਗਏ ਤੇ ਕਰ ਰਿਹਾ ਰਿਕਾਰਡ ਬਣੂਗਾ ਜਿਹੇ ਤਰੀਕੇ ਨਾਲ ਉੱਥੇ ਗੰਦਗੀ ਹੁੰਦੀ ਹੈ ਪਾਰਕਿੰਗ ਹੁੰਦੀ ਹੈ ਜਾਂ ਕੁ ਇੱਕ ਕਿਹਾ ਜਾਂਦਾ ਕਿ ਹੋਟਲ ਮਾਫੀਆ ਵੀ ਕੰਮ ਕਰਦਾ ਉੱਥੇ ਬਹੁਤ ਸਾਰੀ ਪਾਰਕਿੰਗ ਲੱਗਦੀ ਹੈ ਉਹ ਵੀ ਤਾਂ ਇਹਦਾ ਇੱਸਾ ਹੀ ਹੈ ਦੇਖੋ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਇਹਨੂੰ ਚੰਗਾ ਸੋਹਣਾ ਦਿਖਾਓਗੇ ਤੇ ਤੁਹਾਡੇ ਹੋਟਲਾਂ ਦੇ ਰਸ਼ ਵਧਣ ਆ ਜੇ ਇਹਨੂੰ ਗੰਦਾ ਵਿਖਾਓਗੇ ਤੇ ਘਟਣਾ ਹੈ ਤੁਸੀਂ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਘਟਾਉਣਾ ਚਾਹੁੰਦੇ ਜੀ ਇਹਨੂੰ ਇਹ ਚਾਰ ਇਹ ਗੰਦੇ ਮਤਲਬ ਜੇ ਗੰਦਾ ਖਲਾਰਾ ਪਊਗਾ ਹੋਊਗਾ ਸਾਰਾ ਪਿਆਊਗਾ ਤੇ ਉਹਦਾ ਨਾ ਉਹਦੇ ਨਾਲ ਘਟਣਾ ਹੈ ਜੇ ਸੋਣਾ ਲੱਗੂਗਾ ਤੇ ਹਰ ਕੋਈ ਬੰਦਾ ਚਾਹੂਗਾ ਯਾਰ ਮੈਂ ਉੱਥੇ ਜਾ ਕੇ ਮਿਲ ਕੇ ਆਵਾਂ ਮੈਂ ਰਹਿ ਕੇ ਆਵਾਂ ਉਮੀਦ ਕਰਦੇ ਹੋ ਕਿ ਸੀਐਮ ਸਾਹਿਬ ਤੁਹਾਡੀ ਗੱਲ ਮੰਨਣਗੇ ਯਾਰ ਕੋਲ ਮੈਂ ਉਮੀਦ ਕਰਦਾ ਉਹਨਾਂ ਤੋਂ ਔਰ ਆਸ ਕਰਦਾ ਕਿ ਉਹ ਬਹੁਤ ਜਲਦੀ ਇਹਦੇ ਤੇ ਐਕਸ਼ਨ ਲੈਣਗੇ ਵੀ ਪਰ ਲੋਕਲ ਪ੍ਰਸ਼ਾਸਨ ਮिली भगत ਆ ਦੇਖੋ ਜੀ ਇੰਨੇ ਦਿਨਾਂ ਦਾ ਨਹੀਂ ਕੁਝ ਹੋਇਆ ਤੇ ਫਿਰ ਕਿਤੇ ਨਾ ਕਿਤੇ ਕੋਈ ਦਬਾਅ ਚ ਆ ਜਾਂ ਕੀ ਹੋ ਤੇ ਉਹ ਦੱਸ ਸਕਦੇ ਨੇ ਜਵਾਬ ਮੰਗਦੇ ਜਵਾਬ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਜਦੋਂ ਉੱਤਲੇ ਮੰਗਣਗੇ ਆਪੇ ਦੱਸਣਗੇ ਉਹਨਾਂ ਨੂੰ ਵੀ ਕਿਉਂ ਨਹੀਂ ਆਪਾਂ ਪਿੱਛੇ ਕੀਤੀ ਆ ਤਾਂ ਹੈਰੀਟੇਜ ਸਟਰੀਟ ਨੂੰ ਲੈ ਕੇ ਵੱਡਾ ਸਵਾਲ ਚੁੱਕਿਆ ਹੈ ਕਿ 100 ਤੋਂ ਵੱਧ ਰੇੜੀ ਇਸ ਵਕਤ ਉੱਥੇ ਲੱਗ ਗਈ ਹੈ ਤਾਂ ਜਿਹੜੇ ਆਂਜਾਂ ਦੇ ਰਸਤੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਨਕ੍ਰੋਚਮੈਂਟ ਜਿਹਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਬੀਤੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਅਨਕ੍ਰੋਚਮੈਂਟ ਵਧੀ ਹੈ ਤਾਂ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਇਸ ਮਾਮਲੇ ਚਿੱਠੀ ਲਿਖੀ ਗਈ ਕਿਉਂਕਿ ਰੋਜ਼ ਤੋਂ 50000 ਤੋਂ ਵੱਧ ਬੰਦੇ ਦੀ ਫੁੱਟਬਾਲ ਜਿਹੜੀ ਹੈ ਸਤਖੰਚਰੀ ਹਰਮੰਦਰ ਸਾਹਿਬ ਅਤੇ ਜੱਲਿਆਂ ਵਾਲਾ ਬਾਗ ਵਿਖੇ ਹੈ ਤਾਂ ਉਹ ਜੱਲਿਆਂ ਵਾਲਾ ਬਾਗ ਜਿਸ ਬਾਰੇ ਅੱਜ ਆਮ ਆਦੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਕਿਹਾ ਸੀ ਕਿ ਇਹ ਸਾਡੇ ਵਾਸਤੇ ਇੱਕ ਧਰਮ ਸਥਾਨ ਹੈ ਕਿਉਂਕਿ ਅਸੀਂ ਭਗਤ ਸਿੰਘ ਜੀ ਦੀ ਆਈਡਿਓਲੋਜੀ ਨੂੰ ਮੰਨਦੇ ਹਾਂ ਤਾਂ ਲੇਕਿਨ ਫਿਲਹਾਲ ਉਸ ਦੇ ਬਾਹਰ ਦੀ ਜੋ ਦਿਖਸੀ ਕਾਫੀ ਖਰਾਬ ਸੀ ਤਾਂ ਇਸ ਨੂੰ ਲੈ ਕੇ ਮੀਡੀਆ 'ਚ ਬਹੁਤ ਵਾਰ ਗੱਲ ਸਾਹਮਣੇ ਆਈ ਹੈ ਕਿ ਇਨਕ੍ਰੋਚਮੈਂਟ ਹੋਈ ਲੇਕਿਨ ਹੁਣ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਚਿੱਠੀ ਲਿਖੀ ਹੈ ਕਿ ਮੰਗ ਕੀਤੀ ਹੈ ਇਸ ਇਨਕ੍ਰੋਚਮੈਂਟ ਨੂੰ ਖਤਮ ਕੀਤਾ ਜਾਵੇ ਤਾਂ ਕਿ ਦੇਸ਼ ਅਤੇ ਦੁਨੀਆ ਪਰਦੇ ਵਿੱਚ ਹੈਰੀਟੇਜ ਸਟਰੀਟ ਦੀ ਇੱਕ ਚੰਗੀ ਦਿਖ ਪੇਸ਼ ਕੀਤੀ ਜਾ ਸਕੇ ਕੈਮਰਾਮੈਨ ਅਛੇ ਦੇ ਨਾਲ ਸੁਮਿਤ ਖੰਨਾ ਜਗਬਾਨੀ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਨੀ ਟੀਵੀ ਦੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ મિતਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਧੰਨਵਾਦ